ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹੇਠਾਂ ਲਾਉਣ ਦੀ ਕੋਸ਼ਿਸ਼ ਕਾਨੂੰਨ ਤੌਰ ਤੇ ਜਾਰੀ ਹੈ। ਸੰਦੀਪ ਕੁਮਾਰ ਨਾਂ ਦੇ ਸ਼ਖਸ ਨੇ ਹਾਈਕੋਰਟ 'ਚ ਇੱਕ ਪਟੀਸ਼ਨ ਦਾਖਲ ਕੀਤੀ, ਇਸ ਤੋਂ ਪਹਿਲਾਂ PILB ਹਾਈਕੋਰਟ ਨੇ ਰਿਜੈਕਟ ਕੀਤੀ ਸੀ। ਅਰਵਿੰਦ ਕੇਜਰੀਵਾਲ ਦਿੱਲੀ ਦੇ ਚੀਫ ਮਿਨਿਸਟਰ, ਜਿਨ੍ਹਾਂ ਨੂੰ ਕੁਰਸੀ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਹੈ, ਪਰ ਕੇਜਰੀਵਾਲ ਨੇ ਹੁਣ CM ਰਹਿਣ ਦਾ ਅਧਿਕਾਰ ਖੋ ਦਿੱਤਾ ਹੈ। ਪਟੀਸ਼ਨਕਰਤਾ ਕਹਿ ਰਹੇ ਨੇ ਕਾਨੂੰਨ ਤੌਰ ਤੇ ਫਿਲਹਾਲ ਕੋਈ ਸੈਟਬੈਕ ਅਰਵਿੰਦ ਕੇਜਰੀਵਾਲ ਲਈ ਨਹੀਂ ਹੈ ਜਦ ਤੱਕ ਉਹਨਾਂ ਨੂੰ ਕਨਵਿਕਸ਼ਨ ਨਹੀਂ ਹੋ ਜਾਂਦੀ। ਕਾਨੂੰਨ ਕਹਿੰਦਾ ਹੈ ਜਦੋਂ ਕਿਸੇ ਮੁਲਜ਼ਮ ਨੂੰ ਕਨਵਿਕਸ਼ਨ ਹੋ ਜਾਏ, ਉਸ ਤੋਂ ਬਾਅਦ ਨਾ ਉਹ ਸਰਕਾਰੀ ਡਿਊਟੀ ਕਰ ਸਕਦਾ, ਨਾ ਬਤੌਰ ਮੁੱਖ ਮੰਤਰੀ ਦੀ ਕੁਰਸੀ 'ਤੇ ਬਣਿਆ ਰਹਿ ਸਕਦਾ। ਜਿਹੜੀ ਹਾਈਕੋਰਟ ਨੇ ਆਬਜ਼ਰਵੇਸ਼ਨਸ ਬੜੀਆਂ ਸਖਤ ਟਿੱਪਣੀਆਂ ਦੇ ਰੂਪ 'ਚ ਦਿੱਤੀ ਸੀ। ਪਰ ਇੱਥੇ ਹੋਇਆ ਕੀ ਹੈ, ਸੰਦੀਪ ਕੁਮਾਰ ਇੱਕ ਪਟੀਸ਼ਨ ਦਾਖਲ ਕਰ ਦਿੰਦੇ, ਇਸ ਤੋਂ ਪਹਿਲਾਂ 2 ਪਟੀਸ਼ਨਾਂ ਹੋਰ ਦਾਖਲ ਹੋਈਆਂ ਸੀ, ਤਾਂ ਹਾਈਕੋਰਟ ਨੇ ਸਪਸ਼ਟ ਕੀਤਾ ਸੀ ਕਿ ਅਸੀਂ ਇਸ ਪਟੀਸ਼ਨ ਨੂੰ ਰੱਦ ਕਰਦੇ ਹਾਂ, ਖਾਰਜ ਕੀਤੀ ਗਈ।